ਸਾਰਾ ਮਹੱਲਾ ਉਹਨੂੰ ਕਹਿੰਦਾ ਡੱਬੂ ਡੱਬੂ ਡੱਬੂ, ਜਿੱਥੋਂ ਮਰਜ਼ੀ ਘੁੰਮ ਗਿਆ ਜੋ ਫੇਰ ਕੱਦੂ 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 ਰਸੂਲ ਬਕਵਾਸ ਕੱਦੂ ਕਿਉਂ ਕਹਿੰਦੇ? ਅਸਲ ਚ ਤੇਰਾ ਕਸੂਰ ਕੋਈ ਨਹੀਂ, ਅੱਛਾ ਇਹ ਇਹਨੂੰ ਸਕੂਨ ਹੀ ਕੱਦੂ ਨਾਲ ਆਉਂਦਾ, ਇਹ ਸੁੱਤਾ ਪਿਆ ਵੀ ਕਹਿੰਦਾ ਰਹਿੰਦਾ ਕੱਦੂ ਨਾ ਕਰ ਯਾਰ। ਕੱਦੂ ਕਹਿੰਦੇ ਕਿਉਂ? ਓਏ ਯਾਰ ਛੱਡ ਦੇ ਯਾਰ, ਭਾਈ ਡਰਾਮਾ ਦੇਖੋ ਵੀ ਕੱਦੂ ਦੀ ਭੈਣ ਲੈਣੀ ਕਰਦੀ ਤੁਸੀਂ, ਜਿਹੜਾ ਦਿਲ ਕਰਦਾ ਮੂੰਹ ਚੋਂ ਕੱਦੂ 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 ਨਾ ਆਇਆ ਤੁਹਾਡੇ ਪਿਓ ਦਾ ਸਾਲਾ ਹੋ ਗਿਆ ਕੱਦੂ। ਅਗਰ ਕਦਰ ਕਰਨੀ ਹੈ ਤੇ ਇਨਸਾਨ ਦੀ, ਕਿਉਂਕਿ ਇਨਸਾਨੀਅਤ ਜ਼ਿੰਦਾ ਰਹਿ ਜਾਣੀ ਹੈ, ਹੋਰ ਕੁਛ ਨਹੀਂ ਹੈ। ਜੇ ਨਹੀਂ ਯਕੀਨ ਤਾਂ ਪੁੱਛੋ ਉਹਨਾਂ ਬੱਚਿਆਂ ਨੂੰ ਜਾ ਕੇ ਜਿਹੜੇ ਮਾਂ ਪਿਓ ਤੋਂ ਬਗੈਰ ਜਵਾਨ ਹੁੰਦੇ ਨੇ, ਲੋਕਾਂ ਕੋਲ ਮੰਗ ਮੰਗ ਕੇ ਰੋਟੀ ਖਾ ਕੇ ਵੱਡੇ ਹੋ ਕੇ ਫਿਰ ਇੱਕੋ ਹੀ ਗੱਲ ਕਹਿੰਦੇ ਨੇ ਕਿ ਆ ਕੋਈ ਸਲਾਹੀ ਗੱਲ ਨਹੀਂ ਸੀ, ਮੈਂ ਸਿਰਫ ਤੇਰਾ ਪਤਾ ਲਵਾਉਣਾ। ਅੱਛਾ ਸਾਰੇ ਚੁੱਪ ਕਰਕੇ ਬੈਠੇ ਹੋ, ਇਕੱਲਾ ਹੀ ਕੱਦੂ ਕੱਦੂ ਦੇ ਵਿੱਚ ਨਾ ਗੋਸ਼ਤ ਪਾਉਣਾ ਚਾਹੁੰਦਾ। ਕੱਦੂ ਕਹਿੰਦੇ ਕਿਉਂ ਏ? ਨਰਮ ਹੱਡੀ ਵਾਲਾ ਪਿਤਾ ਪਾੜ ਗਿਆ। ਚੰਗਾ ਸਾਡਾ ਯਾਰੇ ਤੂੰ, ਚੰਗਾ ਸਾਡਾ ਪਿਆਰੇ ਤੂੰ, ਚੰਗਾ ਸਾਡਾ ਯਾਰੇ ਤੂੰ, ਚੰਗਾ ਸਾਡਾ ਪਿਆਰੇ ਤੂੰ। ਬਲਾਵਾਂ ਮੈਂ ਤੇ ਬੋਲਦਾ ਨਹੀਂ, ਇਹ ਰਾਜ਼ਕ ਖੋਲਦਾ ਨਹੀਂ, ਬਲਾਵਾਂ ਮੈਂ ਤੇ ਬੋਲਦਾ ਨਹੀਂ, ਇਹ ਰਾਜ਼ਕ ਖੋਲਦਾ ਨਹੀਂ, ਕੀ ਕੰਜਰਾਂ ਦਾ ਬਹਾਰੇ ਇਹਨੂੰ ਕਹਿ ਗਈ ਮੈਂ ਬੜਾ ਠੰਡਾ ਠਾਰ ਅੱਛਾ ਠੰਡਾ ਠਾਰ ਮੈਂ ਤੇ ਕਹਿ ਕਹੂੰਗੀ ਕੱਦੂ ਬਹੁਤ ਹੋ ਰਹੀ ਹੈ ਕੱਦੂ ਦੀ ਡੰਡੀ ਦੀ ਤਲਬ। ਅਰਮਾਨ ਤਾਂ ਲੱਗਦਾ ਅਫਸੋਸ ਤਾਂ ਲੱਗਦਾ ਹੈ, ਅਰਮਾਨ ਤਾਂ ਲੱਗਦਾ ਅਫਸੋਸ ਤਾਂ ਲੱਗਦਾ ਹੈ, ਆਹ ਪਤਾ ਹੈ ਤੇ ਘਰ ਮੇਰੇ ਚ ਜਾਵੇ ਐਨੇ ਬੜੇ ਪੈਸੇ ਨੂੰ ਖੁਆਵੇ, ਜੇ ਫੇਰ ਵੀ ਬੱਚੀ ਨਾ ਆਵੇ, ਅਰਮਾਨ ਤਾਂ ਲੱਗਦਾ ਅਫਸੋਸ ਤਾਂ ਲੱਗਦਾ ਹੈ। ਉਹ ਜਿਸ ਮੁਲਕ ਮੈਂ ਆਟੇ ਚੀਨੀ ਕਾ ਬੋਰਾ ਨਹੀਂ ਬਣਦਾ ਜਾਏ, ਹਰ ਚੀਜ਼ ਕਾ ਰੇਟ ਜ਼ਿਆਦਾ ਹੈ, ਬੰਦਾ ਘਰ ਨੂੰ ਕਿਵੇਂ ਚਲਾਏ, ਹਰ ਘੰਟ ਬਾਅਦ ਬੱਤੀ ਜਾਵੇ, ਬੱਤੀ ਆਵੇ ਬੰਦਾ ਹਾਂਡੀ ਪਕਾਵੇ, ਹਾਂਡੀ ਰੱਖਦੇ ਆ ਗੈਸ ਚਲੀ ਜਾਵੇ, ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ, ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ। ਉਹ ਪਤਾ ਕੰਮ ਤੋਂ ਜੇ ਥੱਕਿਆ ਆਵੇ, ਬੁੱਢੀ ਨੂੰ ਪੈਸੇ ਫੜਾਵੇ, ਸਬਜ਼ੀ ਵਿੱਚ ਕੱਦੂ ਪੱਕ ਜਾਵੇ, ਪਿਤਾ ਮਾਰ ਗਿਆ ਪਾਲਣ ਡੇ ਉਹਨਾਂ ਦੇ ਸਹੀ ਨਾ ਪਾਲਣ ਕਰਾ ਗਏ।
ਮਾਸ਼ਾਅੱਲਾ ਇਹੋ ਜਿਹਾ ਮੁੰਡਾ ਸਵੇਰੇ ਸਵੇਰੇ ਉੱਠਦਾ ਹਾਂ, ਟੂ ਪੀਸ ਪਾ ਕੇ, ਟਾਈ ਲਾ ਕੇ, ਪਰਫਿਊਮ ਲਾ ਕੇ, ਬੂਟ ਕੱਸ ਕੇ ਆਪਣੀ ਬੀਵੀ ਨੂੰ ਕਹਿਣ ਡਿਆ ਹੁੰਦਾ 160 ਰੁਪਏ ਹੈ ਤੁਹਾਡੇ ਕੋਲ ਭਾਈ ਜੀ, ਮੈਂ ਗੁਰੂਕਾਰ ਆਦਮੀ ਆ। ਅੱਛਾ ਜੀ, ਤੁਹਾਨੂੰ ਕੀ ਪਤਾ ਵੀ ਕੈਸੇ ਕੈਸੇ ਗਾਣੇ ਗਾਏ ਨੇ? ਸਰ ਤੁਹਾਨੂੰ ਕੌਣ ਨਹੀਂ ਜਾਣਦਾ ਸਾਹਿਬ, ਤੁਸੀਂ ਤੇ ਉਹ ਪਾਕਿਸਤਾਨ ਦੇ ਫਨਕਾਰ ਹੋ। ਜਿਹੜੀ ਗਲੀ ਚ ਵੜੋ, ਜਿਹੜੇ ਮਹੱਲੇ ਚ ਵੜੋ, ਜਿਹੜੇ ਬਾਜ਼ਾਰ ਚ ਵੜੋ, ਇੱਕੋ ਹੀ ਆਵਾਜ਼ ਆਉਂਦੀ ਹੈ। ਕੱਢੋ ਪਹਿਲੇ ਉਹਦੀ ਅਗਲੀ ਗੱਲ ਤੇ ਸੁਣ ਲਓ ਯਾਰ, ਉਹਨੇ ਵੀ ਇਹੀ ਕਹਿਣਾ। ਸਾਡੇ ਪੰਜਾਬ ਲੋਕ ਜੁਗਤ ਕਰਨ ਤੋਂ ਬਗੈਰ ਹਾਲਾਂ ਨੂੰ ਖਾਰਿਸ਼ ਹੋਣ ਡਈ ਹੈ। ਖਾਰਿਸ਼ ਕਰਦਾ ਕਹਿਣ ਡਿਆ, ਉਹਨੇ ਵੀ ਤੇ ਇਹੀ ਕਹਿਣਾ, ਮੁੜਨਾ ਨਹੀਂ ਜੁਗਤ ਕਰਨ। ਅੱਛਾ ਜੀ, ਗੁਰੂਕਾਰ ਗੁਰੂਕਾਰ ਜਨਾਬ ਮੇਰੇ ਨਾਲ ਫੰਕਸ਼ਨ ਫੰਕਸ਼ਨ ਵੀ ਕੀਤਾ 8 ਦਿਨ ਪਹਿਲੇ ਮੇਰੇ ਨਾਲ ਬਹੁਤ ਬੁਰੀ ਹੋਈ। ਬੰਦੇ ਕਿੰਨੇ ਹਨ? ਨਹੀਂ ਫੰਕਸ਼ਨ ਦੇ ਵਿੱਚ ਬਹੁਤ ਬੁਰੀ ਹੋਈ। ਆਹੋ ਮੈਂ ਗਾਣਾ ਗਾਇਆ, ਮੈਂ ਕਿਹਾ ਯਾਰ ਬਾਬਲਾ ਦਾ ਗਾਣਾ ਗਾਈਏ, ਵਾਵਾ ਪੈਸੇ ਹੋਣਗੇ। ਫਿਰ ਮੈਂ ਕਿਹਾ ਬਾਲੋ ਬੱਤੀਆਂ ਤੇ ਮਾਹੀ ਸਾਕੂ ਮਾਰੋ ਸੰਗਲਾ ਨਾ। ਫਿਰ 3 ਦਿਨ ਬੰਨ ਕੇ ਮਾਰਦੇ ਰਹੇ। ਮੈਂ ਉਹਨਾਂ ਨੂੰ ਕਹਾਂ ਮੈਨੂੰ ਘਰ ਜਾਣ ਦਿਓ, ਕਹਿੰਦੇ ਨੇ ਤੇਰੀ ਖਾਹਿਸ਼ ਪੂਰੀ ਕਰਕੇ ਭੇਜੋ। ਫਿਰ ਇੱਕ ਜਗ੍ਹਾ ਤੇ ਮੈਂ ਜਾ ਕੇ ਗਾਣਾ ਗਾਇਆ। ਅੱਛਾ, ਇੱਕ ਬੰਦਾ ਮੈਨੂੰ ਬੜੇ ਸ਼ੌਕ ਨਾਲ ਕਹਿੰਦਾ ਭਾਜੀ ਫੇਰ ਸੁਣਾ। ਅੱਛਾ, ਮੈਂ ਫੇਰ ਗਾਇਆ, ਕਹਿੰਦਾ ਫੇਰ ਸੁਣਾ। ਅੱਛਾ, ਮੈਂ ਫੇਰ ਗਾਇਆ, ਕਹਿੰਦਾ ਫੇਰ ਸੁਣਾ। ਅੱਛਾ, ਮੈਂ ਕਿਹਾ ਤੈਨੂੰ ਮੇਰਾ ਗਾਣਾ ਐਡਾ ਚੰਗਾ ਲੱਗਦਾ? ਮੈਨੂੰ ਕਹਿੰਦਾ ਜਦੋਂ ਤੱਕ ਸਹੀ ਨਹੀਂ ਗਾਏਗਾ ਇੰਜ ਹੀ ਕੋ ਆਈ ਜਾ। ਦੇਖ ਲਓ ਜਿਹੜੀ ਜ਼ਿਆਦਤੀ, ਐਡੀ ਜ਼ਿਆਦਤੀ ਨਾ ਹੋਣੀ ਚਾਹੀਦੀ। ਹਾਂ ਸਰ, ਤੁਸੀਂ ਵੱਡੇ ਲੋਕ ਹੋ, ਸਾਡੇ ਲਈ ਕੋਈ ਖਿਦਮਤ ਹੈ? ਤੁਹਾਡੇ ਲਈ ਕੋਈ ਖਿਦਮਤ ਹੈ ਜੀ? ਹੁਣ ਜਿਹੜਾ ਲੋਕ ਡਾਕਟਰ